ਮਾਨਵ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਪਹਿਲਾ ਖੂਨਦਾਨ ਕੈਂਪ ਅਤੇ ਚੈੱਕਅਪ ਕੈਂਪ ਪਿੰਡ ਹਰਿਆਓ ਖੁਰਦ ਵਿਖੇ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਉਪ ਕਪਤਾਨ ਪੁਲਿਸ ਬਲਜਿੰਦਰ ਸਿੰਘ ਪੰਨੂ ਅਤੇ ਸਵਰਗੀ ਅਵਤਾਰ ਸਿੰਘ ਦੀ ਮਾਤਾ ਸ਼੍ਰੀਮਤੀ ਮਹਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਬਲੱਡ ਬੈਂਕ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ 101 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ ਅੱਖਾਂ ਦੇ ਚੈੱਕਅਪ ਕੈਂਪ ਦਾ ਉਦਘਾਟਨ ਸੁਸਾਇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਅਤੇ ਮਾਤਾ ਸ਼ਿੰਦਰ ਕੌਰ ਨੇ ਕੀਤਾ। ਇਸ ਕੈਂਪ ਵਿੱਚ ਲਾਈਨ ਅੱਖਾਂ ਦਾ ਹਸਪਤਾਲ ਪਾਤਰਾਂ ਦੇ ਡਾਕਟਰਾਂ ਦੀ ਟੀਮ ਨੇ ਪਹੁੰਚ ਕੇ 222 ਮਰੀਜ਼ਾਂ ਦੀ ਅੱਖਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ 23 ਲੋੜਵੰਦ ਮਰੀਜ਼ਾਂ ਨੂੰ ਆਪਰੇਸ਼ਨ ਲਈ ਚੁਣਿਆ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਪ੍ਰਧਾਨ ਮੁਖਤਿਆਰ ਸਿੰਘ ਬਲਵਿੰਦਰ ਸਿੰਘ ਬਿਓਲ, ਬੂਟਾ ਸਿੰਘ, ਮਾਸਟਰ ਅਵਤਾਰ ਸਿੰਘ, ਸਾਬਕਾ ਸਰਪੰਚ ਮੰਗਤ ਸਿੰਘ, ਗੋਪਾਲ, ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਪੇਸ਼ ਹੈ ਪਾਤੜਾ ਤੋਂ ਅਜੇ ਗੋਇਲ ਦੀ ਵਿਸ਼ੇਸ਼ ਰਿਪੋਰਟ। ਮੁੰਡੇ ਆ ਉਹ ਵੱਧ ਤੋਂ ਵੱਧ ਇਸ ਪਾਸੇ ਲੱਗਣ, ਕਿਉਂਕਿ ਜੋ ਖੂਨਦਾਨ ਹੈ ਉਹੀ ਇੱਕ ਇਹੋ ਜਿਹਾ ਦਾਨ ਹੈ ਜੋ ਬੰਦੇ ਦੀ ਜ਼ਿੰਦਗੀ ਬਚਾ ਸਕਦਾ। ਖੂਨਦਾਨ ਵੀ ਕਰਨ ਅਤੇ ਨਸ਼ਿਆਂ ਤੋਂ ਬਚਣ, ਅਤੇ ਵੱਧ ਤੋਂ ਵੱਧ ਜਿਵੇਂ ਅਸੀਂ ਪਹਿਲਾਂ ਅੱਖਾਂ ਦੇ ਕੈਂਪ ਤੋਂ ਸਾਡੀ ਮਾਨਵ ਵੈਲਫੇਅਰ ਸੁਸਾਇਟੀ ਨੇ ਲਾਏ ਹੈ, ਇਸ ਤਰ੍ਹਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਮਾਨਵਤਾ ਦੇ ਭਲੇ ਲਈ ਕੰਮ ਕਰਨ ਔਰ ਆਪਣੇ ਭਲੇ ਲਈ ਕੰਮ ਕਰਨ ਔਰ ਨਸ਼ਿਆਂ ਤੋਂ ਦੂਰ ਹੋ ਜਾਣ। ਬਹੁਤ ਹੀ ਸਾਡੇ ਵੱਲੋਂ ਤਾਂ ਇਹ ਜ਼ੋਰ ਅਪੀਲ ਹੈ ਨੌਜਵਾਨਾਂ ਨੂੰ ਕਿ ਚੰਗੇ ਕੰਮਾਂ ਲਈ ਲੱਗੋ, ਮਾਨਵਤਾ ਦੇ ਭਲੇ ਲਈ ਕੰਮ ਕਰੋ, ਨਾ ਕਿ ਤੁਸੀਂ ਕੋਈ ਨਸ਼ੇ ਕਰਕੇ ਆਪਣੀ ਬਰਬਾਦੀ ਕਰੋ ਅਤੇ ਦੇਸ਼ ਦੀ ਬਰਬਾਦੀ ਕਰੋ। ਨੌਜਵਾਨ ਕੀ ਕਹਿੰਦਾ ਅੱਜ ਕੱਲ੍ਹ? ਅੱਜ ਕੱਲ੍ਹ ਨੌਜਵਾਨ ਨੂੰ ਰੁਜ਼ਗਾਰ ਚਾਹੀਦਾ, ਰੁਜ਼ਗਾਰ ਤੋਂ ਬਹੁਤ ਸਾਡੇ ਦੇਸ਼ ਦੀਆਂ ਜਿਹੜੀਆਂ ਸਰਕਾਰਾਂ ਨੇ ਬੜਾ ਘੱਟ ਦੇ ਰਹੀਆਂ ਨੇ, ਪਰ ਪੜ੍ਹਾਈ ਦੇ ਪੱਖੋਂ ਵੀ ਸਾਡੀ ਬਹੁਤ ਨਿਕਲਤਾ ਜਾ ਰਹੀ ਹੈ ਸਰਕਾਰ। ਇਸ ਕਰਕੇ ਅਸੀਂ ਚਾਹੁੰਦੇ ਹਾਂ, ਸਰਕਾਰ ਤੋਂ ਮੰਗ ਕਰਦੇ ਹਾਂ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾਵੇ ਔਰ ਕੰਮ ਲਾਇਆ ਜਾਵੇ, ਤਾਂ ਹੀ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਜਾਣ।